नमस्कार दोस्तों, रुपेश बांसल आरबीलाई मीडिया में आपका स्वागत कर रहा हूँ। फाजिलका के नजदीकी गांव घुबाया में पहुंचा हुआ हूँ। यहाँ पर पुलिस द्वारा पिछले दिनों मुख्तियार सिंह नामक व्यक्ति पर चूरा पोस्ट का मामला दर्ज करने के बाद उसके परिजनों द्वारा पुलिस पर झूठा पर्चा दर्ज करने का आरोप लगाया। पुलिस ने कहा कि मुख्तियार सिंह को पुलिस द्वारा घर से उठाया गया था, जबकि पुलिस द्वारा उसकी गिरफ्तारी गांव नवा हस्ता से दिखाई गई है। उस पर 52 किलो चूरा पोस्ट का पर्चा डाल दिया गया है, जबकि उसे घर से खाली हाथ गिरफ्तार किया गया था। मामला 31 जुलाई का है, लेकिन पुलिस द्वारा इस संदर्भ में 2 अगस्त को पर्चा दर्ज किया गया था। गांव के लोगों द्वारा पुलिस के खिलाफ आज नारेबाजी की गई। उनका कहना है कि पुलिस अपने नंबर बनाने के लिए लोगों पर झूठे पर्चे डाल रही है। पड़ोस में लगे सीसीटीवी कैमरे में इसकी पूरी फुटेज कैद हो गई, जिससे पता चलता है कि पुलिस द्वारा मुख्तियार सिंह को घर से ही उठाया गया था। आरबीआई मीडिया पर हम आपको लाइव दिखा रहे हैं, हम किसी तरह के आरोपों की पुष्टि नहीं करते हैं। यह आरोप मुख्तियार सिंह के परिजनों द्वारा लगाए गए हैं। आरबीआई मीडिया पर आपको लाइव कवरेज दिखा रहा हूँ। बने रहे हमारे साथ, देखते रहे हमारा चैनल। हमारे चैनल को सब्सक्राइब करना न भूलें। ਨਾਈ ਤੁਹਾਡਾ ਮਨਜਿੰਦਰ ਕੌਰ, ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਕੁਬਾਇਆ ਦੇ। ਕੀ ਗੱਲ ਹੋਈ ਹੈ ਜੀ? 31 ਜੁਲਾਈ ਦੀ ਗੱਲ ਹੈ। ਸਾਡੇ ਸਿੰਪਲ ਸਿਵਲ ਕੱਪੜਿਆਂ ਵਿੱਚ ਸਾਡੇ ਘਰ ਵਾਲੀ ਸਾਈਡ ਪੁਲਿਸ ਵਾਲੇ ਆਏ, ਕੋਈ ਮਤਲਬ ਸਿਵਲ ਕੱਪੜਿਆਂ ਸੀਗੇ। ਤੇ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਤੇਰੇ ਪਿਤਾ ਜੀ ਮੁਖਤਿਆਰ ਸਿੰਘ ਕਿੱਥੇ ਨੇ, ਤੇ ਅਸੀਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਕਿ ਉਹ ਇੱਧਰ ਦੁਕਾਨ ਵਾਲੀ ਸਾਈਡ 'ਤੇ ਹੈਗੇ ਨੇ। ਤੇ ਉਹਨਾਂ ਨੂੰ ਇੱਧਰ ਅਸੀਂ ਦੇਖਿਆ ਤਾਂ ਪੂਰੇ ਮਾਰਕੀਟ 'ਚ ਸ਼ੋਰ ਪੈ ਗਿਆ ਸੀ। ਤੇ ਉਸ ਤੋਂ ਬਾਅਦ ਮੈਂ ਅਸੀਂ ਵੇਖਿਆ ਤਾਂ ਮੇਰੇ ਪਿਤਾ ਜੀ ਅੱਗੇ ਅੱਗੇ ਭੱਜੇ ਜਾ ਰਹੇ ਸੀ, ਮਗਰ ਉਹ ਪੁਲਿਸ ਸੀਗੀ, ਉਹ ਸਿਵਲ ਕੱਪੜਿਆਂ ਵਾਲੇ ਜੋ ਆਏ ਸੀਗੇ ਉਹ ਸੀਗੇ, ਸਾਨੂੰ ਨਹੀਂ ਪਤਾ ਸੀਗੇ ਕੌਣ ਨੇ। ਅਤੇ ਉਸ ਤੋਂ ਬਾਅਦ ਉਹ ਫਰਨੀਚਰ ਵਾਲੀ ਦੁਕਾਨ 'ਤੇ ਉੱਪਰ ਚੜ ਗਏ, ਉਸ ਤੋਂ ਮਗਰ ਹੀ ਉਹ ਸਿਵਲ ਵਾਲੇ ਜੋ ਕੱਪੜੇ ਜਿਨ੍ਹਾਂ ਨੇ ਪਾਏ ਹੋਏ ਸੀ ਉਹ ਮਗਰ ਹੀ ਸੀ ਉਹਨਾਂ ਦੇ। ਉਹਨਾਂ ਨੇ ਮੇਰੇ ਪਿਤਾ ਜੀ ਨੂੰ ਦੁਕਾਨ ਤੋਂ ਥੱਲੇ ਛਾਲ ਮਾਰ ਲਈ, ਅਤੇ ਮੇਰੇ ਪਿਤਾ ਜੀ ਨੂੰ ਉਹਨਾਂ ਨੇ ਉੱਪਰੋਂ ਪਕੜ ਲਿਆ ਜੀ। ਹਾਂਜੀ, ਅਤੇ ਬਹੁਤ ਜ਼ਿਆਦਾ ਵੀ ਜਦੋਂ ਲੈ ਕੇ ਜਾ ਰਹੇ ਸੀ ਤਾਂ ਛਿੱਕ ਤਰੂ ਕੇ ਲੈ ਕੇ ਜਾ ਰਹੇ ਸੀ, ਕੁੱਟ ਵੀ ਰਹੇ ਸੀਗੇ। ਕੋਈ ਨਸ਼ਾ ਬਰਾਮਦ ਹੋਇਆ ਸੀ ਉਹਨਾਂ ਕੋਲ ਉਸ ਟਾਈਮ? ਕੋਈ ਨਹੀਂ ਜੀ, ਸਾਡੇ ਘਰੋਂ ਕੁਛ ਕੋਈ ਚੀਜ਼ ਵੀ ਬਰਾਮਦ ਨਹੀਂ ਹੈਗੀ। ਉਹਨਾਂ ਦੇ ਕੋਲੋਂ ਕੋਈ ਜੇਬ 'ਚੋਂ ਕੁਝ ਪਕੜਿਆ ਹੋਵੇ ਜਾਂ ਕੁਛ ਵੀ ਨਹੀਂ, ਬਸ ਐਵੇਂ ਲਈ ਜਾ ਰਹੇ ਸੀ ਖਿੱਚ ਕੇ ਤੇ ਆਪਣੀ ਗੱਡੀ 'ਚ ਬਿਠਾ ਕੇ ਲੈ ਗਏ। ਅੱਛਾ ਜੀ। ਹਾਂਜੀ, ਚੌਂਕੀ ਲੈ ਗਏ ਸੀਗੇ। ਉਸ ਤੋਂ ਬਾਅਦ ਜੀ? ਉਸ ਤੋਂ ਬਾਅਦ ਉੱਥੇ ਉਹਨਾਂ ਨੇ ਇੱਕ ਉਹਨਾਂ ਨੂੰ ਰਾਤ ਰੱਖਿਆ ਚੌਂਕੀ ਵਿੱਚ, ਤੇ ਸਾਡੇ ਨਾਲ ਮਤਲਬ ਕੋਈ ਮੰਨ ਲਓ ਮੇਲ ਜੋਲ ਸਾਡਾ ਨਹੀਂ ਹੋਇਆ, ਨਾ ਗੱਲਬਾਤ ਸਾਡੀ ਹੋਈ, ਨਾ ਉਹਨਾਂ ਨੇ ਸਾਨੂੰ ਕਰਨ ਦਿੱਤੀ, ਨਾ ਮਿਲਣ ਵੀ ਨਹੀਂ ਦਿੱਤਾ, ਅਸੀਂ ਗਏ ਸੀਗੇ। ਤੇ ਅਗਲੇ ਦਿਨ ਜਦੋਂ ਸਰਪੰਚ ਸਾਹਿਬ ਸਾਡੇ ਪਿੰਡ ਦੇ ਹੈਗੇ ਨੇ, ਤੇ ਉਹਨਾਂ ਨੇ ਮੰਨ ਲਓ ਦੀ ਦੇਖਿਆ ਉਹਨਾਂ ਨੂੰ ਵੀ ਉਹ ਚੌਂਕੀ ਵਿੱਚ ਸੀਗੇ, ਮੇਰੇ ਪਿਤਾ ਜੀ ਅੰਦਰ ਹੀ ਸੀਗੇ। ਤੇ ਉਸ ਤੋਂ ਬਾਅਦ ਸ਼ਾਮ ਨੂੰ ਅਸੀਂ ਫਿਰ ਦੁਬਾਰਾ ਪਤਾ ਕੀਤਾ, ਪਰ ਉਹ ਉੱਥੇ ਨਹੀਂ ਸੀਗੇ, ਪਤਾ ਨਹੀਂ ਕਿੱਧਰ ਲੈ ਕੇ ਚਲੇ ਗਏ। 4 ਤਰੀਕ ਨੂੰ ਅਖਬਾਰ ਪੜ੍ਹੀ ਤਾਂ ਅਸੀਂ ਪਰ ਦੇਖਿਆ ਕਿ ਉਹਨਾਂ 'ਤੇ ਚੂਰਾ ਪੋਸਟ ਦਾ ਦਰਜਾ ਪਰਚਾ ਦਰਜ ਕਰ ਦਿੱਤਾ ਗਿਆ ਸੀ। ਅਤੇ ਉਹ ਤੋਂ ਸਾਨੂੰ ਪਤਾ ਲੱਗਾ ਕਿ ਸਾਡੇ ਪਿਤਾ ਜੀ ਵੀ ਕਿੱਥੇ ਨੇ, ਵੀ ਨਾਲੇ ਸਾਡੇ ਮੇਰੇ ਪਿਤਾ ਜੀ ਨੂੰ ਨਜਾਇਜ਼ ਉਹਨਾਂ ਨੇ ਫਸਾਇਆ ਗਿਆ। ਸਾਡੇ ਘਰੋਂ ਕੋਈ ਵੀ ਚੀਜ਼ ਨਸ਼ੇ ਨਸ਼ੀਲੀ ਚੀਜ਼ ਕੋਈ ਵੀ ਨਹੀਂ ਬਰਾਮਦ ਹੋਈ ਜੀ। ਕੋਈ ਨਸ਼ੇ ਦਾ ਕੰਮ ਕਰਦੇ ਤੁਹਾਡੇ ਪਿਤਾ ਜੀ? ਨਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਸਿਰਫ ਸਾਡੀ ਦੁਕਾਨ ਹੈਗੀ, ਸਾਡੀ ਹੇਅਰ ਕਟਿੰਗ ਵਾਲੀ ਦੁਕਾਨ ਹੈ, ਅਤੇ ਉਹ ਮੇਰੇ ਪਿਤਾ ਜੋਤੀ ਬਸ ਕੰਮ ਕਰਦੇ ਨੇ। ਕੀ ਮੰਗ ਕਰ ਰਹੇ ਹੋ? ਮੰਗ, ਸਾਨੂੰ ਇਨਸਾਫ ਚਾਹੀਦਾ, ਜੇ ਮੇਰੇ ਪਿਤਾ ਜੀ ਤੇ ਨਜਾਇਜ਼ ਉਹਨਾਂ ਨੇ ਇਹ ਪਰਚਾ ਪਾਇਆ, ਅਸੀਂ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਸੀਗੇ। ਕੀ ਰਾਏ ਤੁਹਾਡਾ? ਮੇਰਾ ਨਾਮ ਪੰਮਣ ਸਿੰਘ ਹੈ, ਮੈਂ ਕਬਾਇਆ ਦਾ ਸਰਪੰਚ ਹਾਂ। ਇਹ ਜੀ ਜਿਹੜੀ ਗੱਲ ਹੋਈ ਹੈ ਮੁਖਤਿਆਰ ਸਿੰਘ ਦੇ ਨਾਲ, ਇਹ ਕੀ ਗੱਲ ਹੋਈ ਹੈ ਜੀ? ਇਹ ਜੀ ਮੈਨੂੰ ਨਹੀਂ ਪਤਾ, ਮੈਂ ਤਾਂ 1 ਤਰੀਕ ਨੂੰ ਗਿਆ ਸੀ ਚੌਕੀ, ਕੋਈ ਹੋਰ ਕੰਮ ਗਿਆ ਸੀ, ਅਤੇ ਅੰਦਰ ਹਵਾ ਲਾਟ ਦੇ ਵਿੱਚ ਬੈਠਿਆ ਹੋਇਆ ਸੀ ਜੀ, ਅਤੇ ਮੈਂ ਜਾ ਕੇ ਬੁਲਾਇਆ ਕਿਉਂ ਅੱਗੇ ਵੀ ਸੋਵਾਂ ਸੀ ਮੇਰਾ, ਅਤੇ ਮੈਂ ਕਿਹਾ ਮੁਖਤਿਆਰ ਸਾਹਿਬ ਤੇਰੇ ਨਾਲ ਕੀ ਗੱਲ, ਕਿਉਂ ਅੰਦਰ ਬਾਈ ਬੈਠੇ ਆ? ਕਹਿੰਦਾ ਜੀ ਮੈਨੂੰ ਤਾਂ ਆਪ ਨੂੰ ਪਤਾ ਨਹੀਂ ਇਸ ਰੌਲੇ ਦਾ, ਮੈਨੂੰ ਕਿਉਂ ਬਿਠਾਇਆ ਜੀ, ਅਤੇ ਮੈਂ ਕਿਹਾ ਯਾਰ ਕਿਉਂ ਬਿਠਾਇਆ? ਅਤੇ ਉਹ ਮੈਂ ਤਾਂ ਥਾਣੇਦਾਰ ਨੂੰ ਪੁੱਛਿਆ, ਆਪਣੇ ਕੀ ਉਹਦਾ ਨਾਮ ਬਲਕਾਰ ਸਿੰਘ ਨੂੰ, ਅਤੇ ਉਹ ਕਹਿੰਦਾ ਬਈ ਇਹਦੇ 'ਤੇ ਕੋਈ ਕੇਸ ਹੈਗਾ ਨਸ਼ੇ ਦਾ। ਅੱਛਾ ਜੀ। ਅਤੇ ਮੈਂ ਕਿਹਾ ਵੀ ਤੇਰੇ 'ਤੇ ਕੋਈ ਪਤਾ ਨਹੀਂ ਪੋਸਟ ਦਾ ਕੋਈ ਹੈਗਾ, ਅਤੇ ਤੂੰ ਵੀ ਆਪਦਾ ਵੀ ਇੰਤਜ਼ਾਮ ਕਰ ਲੈ, ਐਵੇਂ ਨਜਾਇਜ਼ ਤੇਰੇ 'ਤੇ ਗਈ ਜੀ। ਤੁਹਾਡਾ? ਮੇਰਾ ਨਾਮ ਜਰਨੈਲ ਸਿੰਘ, ਪਿੰਡ ਸਕੇਰਾ ਬੋਤਲਾ ਹੈ। ਮੁਖਤਿਆਰ ਸਿੰਘ ਮੇਰੇ ਸਾਨੂੰ ਨੇ, ਮੈਨੂੰ ਰਾਤ ਨੂੰ ਫੋਨ ਗਿਆ 9 ਵਜੇ ਕਰੀਬ, ਮੈਂ ਮੁਖਤਿਆਰ ਸਿੰਘ ਨੂੰ ਚੌਂਕੀ ਵਾਲੇ ਪਕੜ ਕੇ ਲੈ ਗਏ ਨੇ।
मेरी तबीयत खराब थी, मैं रात आ नहीं सकिया। जो तो मैं सवेरे 8 बजे आया तो हवालाट मुख्तियार सिंह थी, मैं हौलदार सुनील को पूछा भी इन्हू किस वास्ते पाया है, कहिंदा इन्हू पहले ही पकड़ के लिया थी चौंकी से, तू भज गया सी चौंकी विचों, इस करके इन्हू फड़ के लिया है। तो मैं कहिंदा वी कार भई, कहिंदा कार भी कोई नहीं, इन्हू छड़ देंगे शाम नू। मैं कुट्टिया का तू, कहिंदे पिछली बार साडी चौंकी च भज गया सी तां इन्हू कुट्टिया सी। मैं कुट्टण दा कोई वड्डा मकसद नहीं हैगा, मैं क्या। तो इस तों बाद मैं कीती किसी होर नाल गल, वो कहिंदे वी शाम तक इन्हू छड़ देंगे। उस तो बाद इन्हू पता कुटमार की, नहीं तो मालम लाए गए ने, मालम चो एक बंदा चक के लिया इन्होंने। मैं सुनील को पूछा एक कस्टमर फड़ के कह तू लिया, वो कहते भी छड़ देंगे शाम तक। उस तो बाद शाम इन्होंने कोई छड़िया नहीं, इन्होंने सी ए स्टाफ फाजिलका देता, फाजिलका सी ए स्टाफ देता। तो उस तो सू किसी ने दिलासा दिता भी इन्हू शाम तक घर आ जाएगा, लेकिन शाम तक घर नहीं आया। जो सू चार दिन अखबार पढ़ी इन्हें उपर 52 किलो पोस्ट का परचा दर्ज किया गया, वो परचा किया भी हफ्ते कल असी फड़िया तनाका लाया उत्थे खड़े थे, इन्होंने को माल से फड़ के इन्होंने बरामद किया है। लेकिन इन्हू फड़िया इन्होंने 31 जुलाई में, तो परचा लेट कर रहे हैं इन्हें, रास्ते रखिया कुटमार की, पता नहीं क्यों किस वजह ने इन्होंने परचा किया है, ये पुलिस ही जाने। अगर मुख्तियार सिंह कोई गलत काम करता है, मुख्तियार से बनती कार्रवाई की जाए। जेकर मुख्तियार सिंह सही है, जेड़े मुलाजम ने परचा किया है, उन्होंने उत्ते बनती कार्रवाई की जाए। जो भी सरकार चाहे उन्होंने कार्रवाई होनी चाहिए। मेरा नाम जगीर सिंह जी। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੁਸੀਂ? ਅੱਤੂ ਵਾਲੇ ਜੀ। ਇਹ ਜਿਹੜਾ ਮੁਖਤਿਆਰ ਸਿੰਘ ਦੇ ਪਰਚਾ ਪਾਇਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਜੋ ਪਰਚਾ ਪਾਇਆ, ਜੋ ਝੂਠਾ ਪਾਇਆ, 31 ਤਰੀਕ ਨੂੰ ਇਸ ਨੂੰ ਅਰੈਸਟ ਕੀਤਾ ਗਿਆ ਹੈ, ਅਤੇ 2 ਤਰੀਕ ਨੂੰ ਇਹਨਾਂ ਨੇ ਮਤਲਬ ਪਰਚਾ ਪਾਇਆ ਹੈ ਨਵੇਂ ਹਸਤਕਲਾਂ ਪਾ ਜੇ ਵਾਕਿਆ ਕਰਕੇ, ਉਹ ਬਿਲਕੁਲ ਝੂਠਾ ਹੈ ਅਤੇ ਇਸ ਦਾ ਨਿਆਂ ਹੋਣਾ ਚਾਹੀਦਾ ਹੈ। ਇਹਨੂੰ ਗ੍ਰਿਫਤਾਰ ਕਿੱਥੋਂ ਕੀਤਾ ਸੀ ਮੁਖਤਿਆਰ ਸਿੰਘ ਨੂੰ? ਗ੍ਰਿਫਤਾਰ ਘੁਬਾਇਆ ਪਿੰਡ 'ਚ ਕੀਤਾ ਸੀ, ਮਾਰਕੀਟ ਦੇ ਵਿੱਚੋਂ ਕੀਤਾ ਗਿਆ ਜੀ। ਅੱਛਾ ਜੀ, ਤੁਸੀਂ ਦੇਖਿਆ ਜੀ ਇਹਨਾਂ ਨੂੰ ਗ੍ਰਿਫਤਾਰ ਕਰਦੇ ਜਾਂ ਕੁਝ ਕਰਦੇ? ਦੇਖਿਆ ਜੀ ਆਪਦੇ ਤੁਸੀਂ ਫਿਰ ਜੀ। ਤੁਹਾਡਾ? ਪ੍ਰੇਮ ਸਿੰਘ ਜੀ। ਪ੍ਰੇਮ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਚੱਕ ਬੈ ਜੀ। ਇਹ ਜਿਹੜਾ ਮੁਖਤਿਆਰ ਸਿੰਘ ਨੂੰ ਜਾਣਦੇ ਤੁਸੀਂ? ਹਾਂਜੀ ਹਾਂਜੀ। ਕਿਸ ਤਰ੍ਹਾਂ ਜਾਣਦੇ ਮੁਖਤਿਆਰ ਸਿੰਘ ਨੂੰ? ਇਹ ਜੀ ਗਵਾਂਢੀ ਆਪਣਾ ਜੀ। 31 ਤਰੀਕ ਨੂੰ ਕੀ ਗੱਲ ਹੋਈ ਸੀ ਜੀ ਇਹਦੇ ਨਾਲ? ਕਦਰੀ ਰਾਤ ਨੂੰ ਇਹ ਕਮਰੇ ਦੇ ਉੱਪਰ ਭੱਜ ਕੇ ਚੜਿਆ ਸੀ, ਤਿੰਨ ਫੜਨ ਪੁਲਿਸ ਮਗਰ ਲੱਗੀ ਸੀ ਇਹਦੇ, ਉੱਤੋਂ ਉਹਨੂੰ ਖਿੱਚ ਲਿਆ ਸੀ, ਬਾਹਰ ਖੜੇ ਸੀ, ਗੱਡੀ ਆਈ, ਕਾਰ ਆਈ ਇੱਕ, ਉਹਨੇ ਕਾਰ ਮਾਰੀ ਬ੍ਰੇਕ ਤੇ ਸੀ, ਰੋਲਾ ਕਾਹਦਾ ਪੈ ਗਿਆ, ਬ੍ਰੇਕ ਮਾਰੀ ਅਤੇ ਕਾਰ ਨੂੰ ਪਿਛਾਂ ਮੋੜੀ ਅਤੇ ਮੁਖਤਿਆਰ ਸਿੰਘ ਉੱਤੇ ਬੰਦੇ ਲੱਗੇ ਹੋਏ ਸੀ, ਇਹਨੂੰ ਫੜਕ ਉੱਪਰ ਛਿੱਕ ਲਿਆ, ਛਿੱਕ ਕੇ ਘਰੇ ਲੈਂਦੇ ਇੱਥੇ। ਅੱਛਾ ਜੀ। ਇਹ 31 ਦੀ ਗੱਲ ਲੱਗੀ, 2 ਤਰੀਕ ਦਾ ਪਰਚਾ ਪਾਇਆ ਇਹਨਾਂ ਜੀ ਪੁਲਿਸ ਨੇ, ਇਹ ਬਹੁਤ ਗਲਤ ਕੰਮ ਕੀਤਾ ਜੀ। ਕੋਈ ਉਹਦੇ ਕੋਲ ਨਸ਼ਾ ਵਗੈਰਾ ਵੀ ਹੈਗਾ ਸੀ ਕੋਈ? ਨਹੀਂ, ਆਪਣੇ ਸਾਹਮਣੇ ਕੋਈ ਨਸ਼ਾ ਨਹੀਂ ਹੈਗਾ ਸੀ। ਅੱਛਾ ਜੀ। ਅਤੇ ਕੀ ਮੰਗ ਕਰ ਰਹੇ ਹੋ ਤੁਸੀਂ? ਅਸੀਂ ਇਹ ਮੰਗ ਕਰ ਰਹੇ, ਜੋ ਮੰਨ ਕੇ ਚੱਲੀਏ ਗਲਤ ਕੰਮ ਹੈਗਾ, ਉਹਦੇ 'ਤੇ ਗਲਤ ਮੁਕੱਦਮਾ ਦਰਜ ਨਹੀਂ ਕੀਤਾ ਜਾਣਾ ਚਾਹੀਦਾ। ਜੀ। ਜਿਹੜਾ ਸਹੀ ਕੰਮ ਹੈਗਾ ਉਹ ਸਹੀ ਕੰਮ ਹੋਵੇ, 31 ਤਰੀਕ ਗੱਲ ਇਹ 2 ਤਰੀਕ ਪਰਚਾ ਪਾਉਂਦੇ ਆ, ਇਹ ਗਲਤ ਕਰ ਜੀ। ਕੁਲਵੰਤ ਸਿੰਘ ਜੀ ਕੀ ਗੱਲ ਹੋਈ ਹੈ? ਮੈਂ ਮੁਖਤਿਆਰ ਸਿੰਘ ਦਾ ਗੁਆਂਢੀ ਹਾਂ ਜੀ, ਇੱਕਦਮ ਰੋਲਾ ਪਿਆ ਜੀ, ਅਤੇ ਮੁਖਤਿਆਰ ਸਿੰਘ ਨੂੰ ਫੜ ਕੇ ਗੱਡੀ ਦੇ ਵਿੱਚ ਪਾ ਕੇ ਫਟਾਫਟ ਲੈ ਗਏ ਜੀ। ਜੀ, ਕਿੱਥੋਂ ਲੈ ਗਏ ਸੀ ਉਹਨੂੰ? ਕਿੱਥੋਂ ਫੜਿਆ ਸੀ ਉਹਨਾਂ ਨੂੰ? ਦਬਾਇਆ ਜੀ। ਅੱਛਾ ਜੀ, ਅਤੇ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ? ਅਸੀਂ ਮੰਗ ਕਰ ਲਏ ਵੀ ਨਜਾਇਜ਼ ਪਰਚਾ ਪਾਇਆ ਗਿਆ ਜੀ, ਝੂਠਾ ਜੀ। ਨਜਾਇਜ਼ ਮੇਰੇ ਪੁੱਤਰ ਨੂੰ।